ਸਮਾਜ ਸੇਵਾ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜੋ ਪੂਰੇ ਭਾਰਤ ਵਿੱਚ ਸੁਰਿੰਦਰਪਾਲ ਸਿੰਘ ਉਬਰਾਏ ਦੀ ਰਹਿਨੁਮਾਈ ਹੇਠ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਹੈ। ਇਸੇ ਦੇ ਤਹਿਤ ਹੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਲਾਂਵਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ ਅਪੰਗ ਵਿਧਵਾਵਾਂ ਅਤੇ ਲੋੜਵੰਦਾਂ ਦੀ ਮਾਲੀ ਸਹਾਇਤਾ ਦੇ ਰੂਪ ਵਿੱਚ ਮਹੀਨਾਵਾਰ ਪੈਨਸ਼ਨ ਤਹਿਤ ਤਕਰੀਬਨ 25 ਦੇ ਕਰੀਬ ਚੈੱਕ ਵੰਡੇ ਗਏ। ਇਸ ਮੌਕੇ ਬਹਾਦਰ ਸਿੰਘ ਭੁੱਲਰ, ਸੰਦੀਪ ਖੁੱਲਰ, ਸੁਖਜੀਤ ਹਰਾਸ, ਨਰਿੰਦਰ ਕੁਮਾਰ ਬੇਰੀ, ਵਿਜੇ ਬੈਲ, ਰਣਜੀਤ ਸਿੰਘ ਰਾਏ, ਤਿਲਕ ਸਿੰਘ ਰਾਏ, ਡਾਕਟਰ ਦੀਪਕ ਕੁਮਾਰ ਆਦਿ ਪਦਵੰਤੇ ਹਾਜ਼ਰ ਸਨ। ਅੱਜ ਲਗਭਗ ਪੂਰੇ ਜ਼ਿਲ੍ਹੇ ਵਿੱਚ 150 ਦੇ ਕਰੀਬ ਪੈਨਸ਼ਨਾਂ ਅਸੀਂ ਵੰਡੀਆਂ ਅਤੇ ਸਰਬੱਤ ਦਾ ਭਲਾ ਵੀ ਅੱਜ ਮੱਲਾਂ ਵਾਲੀ ਟੀਮ ਵਿੱਚ ਅਸੀਂ ਇੱਥੇ ਮੌਜੂਦ ਹਾਂ। ਇੱਥੇ ਦੇ ਅਸੀਂ ਪੈਨਸ਼ਨ ਵੰਡ ਸਮਾਗਮ ਕਰਵਾ ਰਹੇ ਹਾਂ। ਸਰਬੱਤ ਦਾ ਭਲਾ ਟਰੱਸਟ ਹੈ, ਉਹ ਗਰੀਬ ਲੋਕਾਂ ਦੀ ਬਾਂਹ ਫੜਦਾ, ਉਹਨਾਂ ਲੋਕਾਂ ਦੀ ਜੋ ਦੱਬੇ ਕੁਚਲੇ ਹੁੰਦੇ ਹਨ ਅਤੇ ਸਮਾਜ ਵਿੱਚ ਪਿਛੜੇ ਹੁੰਦੇ ਹਨ, ਅੰਗਹੀਣ ਹੁੰਦੇ ਹਨ, ਜਾਂ ਆਪਣੇ ਕਿਸੇ ਵੀ ਮਜਬੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ, ਅਤੇ ਅਜਿਹੇ ਪਰਿਵਾਰਾਂ ਦੀ ਸਾਡੇ ਟਰੱਸਟ ਦੇ ਮੈਂਬਰ ਉਹਨਾਂ ਦੀ ਪਹਿਚਾਣ ਕਰਦੇ ਆ ਸਮਾਜ ਵਿੱਚ ਜਾ ਕੇ, ਅਤੇ ਫਿਰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦੀ ਸਾਡੇ ਤੱਕ ਰਿਪੋਰਟ ਪਹੁੰਚਦੀ ਹੈ ਅਤੇ ਅਸੀਂ ਤਾਂ ਉਹਨਾਂ ਨੂੰ ਫਿਰ ਮਦਦ ਦਿੰਦੇ ਹਾਂ। ਅਤੇ ਅਸੀਂ ਹਮੇਸ਼ਾ ਹੀ ਇਸ ਤੋਂ ਇਲਾਵਾ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਨੌਜਵਾਨ ਆ ਉਹਨਾਂ ਨੂੰ ਅਸੀਂ ਕੰਪਿਊਟਰ ਵਗੈਰਾ ਦੀ ਸਿਖਲਾਈ ਦੇ ਕੇ ਉਹਨਾਂ ਨੂੰ ਆਪਣੇ ਪੈਰਾਂ ਸਿਰ 'ਤੇ ਖੜ੍ਹੇ ਕਰੀਏ। ਇਸੇ ਤਰ੍ਹਾਂ ਸਾਡੀ ਇੱਕ ਸਕੀਮ ਚੱਲਦੀ ਹੈ, ਉਹਦੇ ਤਹਿਤ ਅਸੀਂ 6 ਮਹੀਨੇ ਦਾ ਕੋਰਸ ਕਰਾਉਂਦੇ ਹਾਂ ਅਤੇ ਬਾਅਦ 'ਚ ਉਹਨਾਂ ਨੂੰ ਸਰਟੀਫਿਕੇਟ ਜਾਰੀ ਕਰਦੇ ਹਾਂ। ਜਿਹੜੀਆਂ ਸਾਡੀਆਂ ਲੜਕੀਆਂ, ਬੀਬੀਆਂ, ਭੈਣਾਂ ਜੋ ਸਾਡੇ ਕੋਲ ਸਿਖਲਾਈ ਸਿੱਖਣਾ ਚਾਹੁੰਦੀਆਂ, ਉਸੇ ਲੜੀ ਤਹਿਤ ਅਸੀਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦਿੰਦੇ ਹਾਂ ਅਤੇ ਫਿਰ ਉਹਨਾਂ ਨੂੰ ਸਰਟੀਫਿਕੇਟ ਦਿੰਦੇ ਹਾਂ। ਅਤੇ ਅਸੀਂ ਉਹੀ ਅਪੀਲ ਕਰਦੇ ਹਾਂ ਕਿ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲਾਂ ਵਿੱਚ ਜਿਨ੍ਹਾਂ ਦਾ ਸਾਫ਼ ਪਾਣੀ ਅਸੀਂ ਨਹੀਂ ਹੈ, ਅਤੇ ਜੇ ਸਕੂਲ ਦੇ ਪ੍ਰਬੰਧਕ ਜਾਂ ਉਹਨਾਂ ਦੇ ਮੁਖੀ ਸਕੂਲ ਪ੍ਰਿੰਸੀਪਲ ਵਗੈਰਾ ਉਹ ਸਾਡੇ ਨਾਲ ਸੰਪਰਕ ਕਰਨ, ਅਤੇ ਅਸੀਂ ਉਸ ਸਕੂਲ ਵਿੱਚ ਫ੍ਰੀ RO ਲਗਾ ਕੇ ਦਿੰਦੇ ਹਾਂ ਤਾਂ ਕਿ ਬੱਚੇ ਸਾਫ਼ ਸੁਥਰਾ ਪਾਣੀ ਪੀ ਸਕਣ। ਪੜ੍ਹਾਈ ਦਾ ਕੋਈ ਪ੍ਰਬੰਧ ਕੀਤਾ ਗਿਆ? ਹਾਂ, ਪੜ੍ਹਾਈ ਸੰਬੰਧੀ ਹੈ, ਲਗਭਗ 1000 ਦੇ ਕਰੀਬ ਟਰੱਸਟ ਨੇ ਉਹ ਵਿਦਿਆਰਥੀ ਅਪਣਾਏ ਹੋਏ ਹਨ ਜਿਨ੍ਹਾਂ ਨੂੰ ਮਤਲਬ ਉਹਨਾਂ ਦੇ ਮਾਪੇ ਪੜ੍ਹਾ ਨਹੀਂ ਸਕਦੇ, ਅਤੇ ਜੋ ਇਸ ਤੋਂ ਇਲਾਵਾ ਸਾਡੇ ਟਰੱਸਟ ਗੇਮਾਂ ਨੂੰ ਵੀ ਕਾਫ਼ੀ ਸਪੋਰਟ ਕਰ ਰਿਹਾ, ਅਤੇ ਜੋ ਵੀ ਕੋਈ ਨੌਜਵਾਨ ਗੱਤਕਾ ਵਗੈਰਾ ਸਿੱਖਣਾ ਚਾਹੁੰਦਾ ਹੋਵੇ ਉਹਨੂੰ ਫ੍ਰੀ ਕਿਸੇ ਵੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਅਸੀਂ ਫ੍ਰੀ ਟ੍ਰੇਨਿੰਗ ਦਿੰਦੇ ਹਾਂ, ਉਹਦਾ ਸਾਰਾ ਖਰਚਾ ਸਾਡਾ ਟਰੱਸਟ ਚੱਲਦਾ ਹੈ। ਅਤੇ ਜੋ ਕੋਈ ਅਨਾਥ ਬੱਚਾ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਪੜ੍ਹਾ ਸਕਦਾ ਉਹਦੀ ਅਸੀਂ ਹਰ ਤਰ੍ਹਾਂ ਦੀ ਮਦਦ ਕਰਦੇ ਹਾਂ। ਅਤੇ ਹੁਣ ਜਿਹੜੀ ਖਾਸਾ ਸਰਦੀਆਂ ਸ਼ੁਰੂ ਹੋ ਗਈਆਂ ਅਤੇ ਟਰੱਸਟ ਵੱਲੋਂ ਪਿੰਡਾਂ ਪਿੰਡਾਂ ਵਿੱਚ ਅੱਖਾਂ ਦੇ ਫ੍ਰੀ ਕੈਂਪ ਲਗਾਏ ਜਾ ਰਹੇ ਆ, ਅਤੇ ਉਹਨਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਕੋਈ ਵੀ ਬੰਦਾ ਆ ਕੇ ਭਾਵੇਂ ਉਹ ਅਮੀਰ ਗਰੀਬ ਕਿਸੇ ਜਾਤ ਪਾਤ ਨਾਲ ਸੰਬੰਧਿਤ ਆ ਸਾਡੇ ਕੋਲ ਆ ਕੇ ਕੈਂਪਾਂ ਵਿੱਚ ਆ ਕੇ ਫ੍ਰੀ ਉਹਦਾ ਅਸੀਂ ਇਲਾਜ ਕਰਾਂਗੇ।